ਸਰ ਇਹ ਅੱਜ ਬਲਾਕ ਨਾਭਾ ਦਾ ਸੰਗਤਪੁਰਾ ਸਰਕਾਰੀ ਐਲੀਮੈਂਟਰੀ ਸਕੂਲ 'ਚ ਆਏ ਆਪਾਂ। ਮੈਨੂੰ ਵਾਕਈ ਸਕੂਲ 'ਚ ਆ ਕੇ ਬਹੁਤ ਖੁਸ਼ੀ ਹੋਈ ਹੈ। ਬੜਾ ਸੁੰਦਰ ਆ, ਬੜਾ ਡੈਕੋਰੇਟ ਕੀਤਾ, ਵੈਲ ਬਿਹੇਵਡ ਬੱਚੇ ਆ। ਤੁਹਾਨੂੰ ਕਿਵੇਂ ਲੱਗਿਆ? ਮੈਨੂੰ ਤਾਂ ਐਂ ਲੱਗਿਆ ਵੀ ਇਹ ਨਿੱਕੇ ਨਿੱਕੇ ਬੱਚੇ ਜਿਹੜੇ ਕੱਲ੍ਹ ਦੇ ਇਹ ਉਸਰੀਏ ਬਣਨਗੇ, ਤਾਂ ਇਹ ਯੋਗ ਅਧਿਆਪਕਾਂ ਦੇ ਹੱਥਾਂ ਦੇ ਵਿੱਚ ਇਹ ਇਹਨਾਂ ਦੀ ਜ਼ਰੂਰ ਜਿਹੜੀ ਸ਼ਾਈਨਿੰਗ ਹੋਊਗੀ ਤਾਂ ਰੁਤਬੇ ਪਾਉਣਗੇ। ਤਾਂ ਇਹ ਜ਼ਰੂਰੀ ਹੈ ਕਿ ਇਸ ਲੈਵਲ 'ਤੇ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਨਿਕ ਛੋਟੀ ਸਟੇਜ ਤੋਂ ਲੈ ਕੇ ਬੱਚਿਆਂ ਨੂੰ ਟ੍ਰੇਨਿੰਗ ਦੇਈਏ ਔਰ ਉਹਨਾਂ 'ਚ ਆਤਮ ਵਿਸ਼ਵਾਸ ਪੈਦਾ ਕਰੀਏ। ਔਰ ਮੈਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ ਇਹਨਾਂ ਸਭ ਧਿਆਨਕ ਜਾਂਦਾ। ਤਾਂ ਜੇ ਸਵੇਰ ਨਾਲ ਪੜ੍ਹਾਉਣਗੇ ਤਾਂ ਜ਼ਰੂਰ ਕੁਛ ਨਾ ਕੁਛ ਬਾਹਰ ਆਏਗਾ। ਹਾਂਜੀ, ਪ੍ਰੋਫੈਸਰ ਡਾਕਟਰ ਨਿਤਨੇਮ ਸਿੰਘ ਤੁਹਾਡੇ ਸਕੂਲ 'ਚ ਆਏ ਹੈ, ਤੁਹਾਡੇ ਪਿਆਰ ਦੇ ਵਧੇ, ਸਤਿਕਾਰ ਦੇ ਵਧੇ, ਅਤੇ ਕੀ ਕਹਿਣਾ ਚਾਹੋਗੇ? ਮੈਂ ਇਹ ਕਹੂੰਗੀ ਜੀ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਸਕੂਲ 'ਚ ਆਏ, ਸਾਡੇ ਬੱਚਿਆਂ ਨੂੰ ਹੌਸਲਾ ਅਫਜ਼ਾਈ ਦਿੱਤੀ ਅਤੇ ਸਾਨੂੰ ਜਿਹੜੀ ਸਹਾਇਤਾ ਕੀਤੀ ਹੈ ਸਾਡੇ ਬੱਚਿਆਂ ਦੀ, ਉਹਨਾਂ ਨੂੰ ਡਰੈਸਿਸ ਦੇ ਲਈ। ਇਸ ਤੋਂ ਜ਼ਿਆਦਾ ਮੈਨੂੰ ਇਹ ਚੀਜ਼ ਦੀ ਖੁਸ਼ੀ ਹੈ ਵੀ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਹੋ, ਇੰਨਾ ਨੇਕ ਕੰਮ, ਸਾਡਾ ਵੀ ਹੌਸਲਾ ਵੱਧਦਾ ਹੈ ਅਤੇ ਸਾਡੇ ਬੱਚਿਆਂ ਦਾ ਵੀ ਹੌਸਲਾ ਵੱਧਦਾ। ਜਦੋਂ ਹੁਣ ਉਹ ਤੁਹਾਨੂੰ ਦੇਖਦੇ ਨੇ ਤਾਂ ਮੈਨੂੰ ਲੱਗਦਾ ਵੀ ਉਹ ਜ਼ਰੂਰ ਇਹ ਕਹਿਣਗੇ ਵੀ ਅਸੀਂ ਵੀ ਤੁਹਾਨੂੰ ਦੁਬਾਰਾ ਇੱਥੇ ਆਉਣ ਦਾ, ਜਦੋਂ ਸਾਡਾ ਫੰਕਸ਼ਨ ਹੋਊਗਾ ਕੋਈ ਵੀ, ਮੈਨੂੰ ਇਹ ਹੋਊਗਾ ਵੀ ਮੈਂ ਤੁਹਾਨੂੰ ਪਹਿਲਾਂ ਬੁਲਾਵਾਂ, ਕਿਉਂਕਿ ਤੁਸੀਂ ਇੰਨੀ ਦੂਰੋਂ ਚੱਲ ਕੇ ਇੱਥੇ ਆਏ ਹੋ, ਇਹ ਸਭ ਤੋਂ ਵੱਡੀ ਗੱਲ ਹੈ। ਬੱਚਿਆਂ ਨੂੰ ਇੰਨੀ ਜ਼ਿਆਦਾ ਖੁਸ਼ੀ ਹੈ ਤੁਹਾਡੇ ਆਉਣ ਦੀ, ਤਾਂ ਮੈਂ ਬਹੁਤ ਬਹੁਤ ਧੰਨਵਾਦ। ਔਰ ਸਾਨੂੰ ਇਹ ਖੁਸ਼ੀ ਹੈ ਹੋਰ ਵੀ ਤੁਹਾਡੇ ਨਾਲ ਗੱਲਬਾਤ ਤੋਂ ਪਤਾ ਲੱਗਿਆ ਵੀ ਤੁਹਾਡਾ ਸੰਬੰਧ ਵੀ ਫਰੀਦਕੋਟ ਸ਼ਹਿਰ ਨਾਲ ਹੈ। ਔਰ ਸਰਦਾਰ ਜਗਜੋਤ ਸਿੰਘ ਜਿਹੜੇ ਸਾਡੇ ਵਿੱਦਿਆ ਵਿਭਾਗ 'ਚ ਬੜੇ ਹੀ ਸਤਿਕਾਰਯੋਗ ਵਿਅਕਤੀ ਸਨ, ਉਹ ਤੁਹਾਡੇ ਨਾਨਾ ਜੀ ਸਨ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਇਹ ਮੇਰਾ ਮਾਣ ਹੈ ਵੀ ਉਹ ਮੇਰੇ ਲਈ ਇੰਨੀ ਵਧੀਆ ਉਹਨਾਂ ਨੇ ਆਪਣੀ ਆਪ ਨੂੰ ਬਣਾ ਕੇ ਰੱਖਿਆ। ਮੈਂ ਕੋਸ਼ਿਸ਼ ਕਰਾਂਗੀ ਵੀ ਮੈਂ ਵੀ ਉਹਨਾਂ ਵਾਂਗੂ ਹੀ ਆਪਣੀ ਸ਼ਖਸੀਅਤ ਨੂੰ ਬਣਾਵਾਂ। ਬਹੁਤ ਅੱਛਾ, ਬਹੁਤ ਅੱਛਾ। ਹਾਂ ਬੀਬਾ, ਤੁਸੀਂ ਨੰਨੇ ਮੁੰਨੇ ਨੂੰ ਬਹੁਤ ਸੋਹਣਾ ਪੜ੍ਹਾ ਰਹੇ ਹੋ ਅਤੇ ਸਾਨੂੰ ਚੰਗਾ ਲੱਗਿਆ। ਇਹ ਪਨੀਰੀ ਸੰਭਾਲਣੀ ਸਭ ਤੋਂ ਜ਼ਰੂਰੀ ਹੁੰਦੀ ਹੈ, ਇਹਨਾਂ ਨੂੰ ਚੰਗੇ ਚੰਗੀਆਂ ਰੀਹਾਂ 'ਤੇ ਪਾਓ। ਹਾਂ, ਬਹੁਤ ਖੁਸ਼ ਨੇ ਬੱਚੇ, ਬਹੁਤ ਨਾਈਸ। ਔਰ ਤੁਹਾਡਾ ਸਕੂਲ ਥੋੜ੍ਹਾ ਨਿਗਾਹ ਮਾਰ ਲਈਏ, ਬਹੁਤ ਸੁੰਦਰ ਆ, ਬਹੁਤ ਡੈਕੋਰੇਟ ਹੋਇਆ ਹੋਇਆ। ਅਦੇ ਬਹੁਤ ਡੈਕੋਰੇਟ ਹੋਇਆ ਸਕੂਲ, ਤੁਸੀਂ ਇਹਨੂੰ ਵੇਖ ਕੇ ਅੰਦਾਜ਼ਾ ਨਹੀਂ ਲਾ ਸਕਦੇ ਵੀ ਇਹ ਕੋਈ ਸਰਕਾਰੀ ਐਲੀਮੈਂਟਰੀ ਸਕੂਲ ਹੈ। ਆਹ ਵੇਖੋ, ਬੱਚਿਆਂ ਦੀ ਹਰ ਕਿਸਮ ਦਾ ਮਟੀਰੀਅਲ ਹੈ, ਰੀਡਿੰਗ ਕੋਰਨਰ ਵੀ ਹੈ, ਟੀ ਵੀ ਵੀ ਹੈ, ਗੇਮਸ ਵੀ ਹਨ। ਕੀ ਗਤੀਵਿਧੀਆਂ 'ਚ ਹਿੱਸਾ ਲੈਂਦੇ ਬੱਚੇ? ਬੱਚੇ ਜੀ ਹਰ ਇੱਕ ਗਤੀਵਿਧੀ 'ਚ ਹਿੱਸਾ ਲੈਂਦੇ ਨੇ। ਹੁਣੇ ਰੀਸੈਂਟਲੀ ਬੱਚਿਆਂ ਨੇ 15 ਅਗਸਤ ਵਿੱਚ ਭਾਗ ਲਿਆ ਸੀਗਾ ਕੋਰੀਓਗ੍ਰਾਫੀ ਦੇ ਵਿੱਚ, ਅਤੇ ਬੱਚਿਆਂ ਨੇ ਉੱਥੇ ਬਹੁਤ ਵਧੀਆ ਪਰਫੋਰਮੈਂਸ ਦਿੱਤੀ ਆਪਣੀ, ਅਤੇ ਜਿਹਦੇ ਕਰਕੇ ਉਹਨਾਂ ਨੂੰ 5,000 ਰੁਪਏ ਦਾ ਇਨਾਮ ਮਿਲਿਆ ਸੀ। ਉਸ ਤੋਂ ਬਾਅਦ ਹਰ ਕੋਈ ਵੀ ਫੰਕਸ਼ਨ ਹੁੰਦਾ ਬੱਚੇ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਹੁਣ ਬੱਚਿਆਂ ਨੇ ਭਾਸ਼ਣ ਮੁਕਾਬਲਾ 'ਚ ਜਾਣਾ ਗਾ, ਰਾਈਟਿੰਗ ਦੇ ਕੰਪੀਟੀਸ਼ਨ ਹੋਣੇ ਨੇ ਉਹਨਾਂ 'ਚ। ਕੋਸ਼ਿਸ਼ ਕਰੋ ਹਰ ਬੱਚਾ ਸਟੇਜ 'ਤੇ ਆਵੇ, ਭਾਵੇਂ ਉਹ ਇੱਕ ਵਾਕ ਬੋਲ ਕੇ ਜਾਵੇ, ਇੱਕ ਸ਼ਬਦ ਬੋਲ ਕੇ ਜਾਵੇ। ਅਸੀਂ ਸਟੇਜ ਦਾ ਇੰਟਰੋਡਕਸ਼ਨ ਕਰੋ ਸਰ। ਹਾਂ ਹਾਂ, ਇਹ ਬੀਬਾ ਹਨ, ਤੁਸੀਂ ਇੰਚਾਰਜ ਹੋ? ਹਾਂਜੀ ਹਾਂ। ਤੁਹਾਡਾ ਸ਼ੁਭ ਨਾਮ? ਮੇਰਾ ਨਾਮ ਮਨਪ੍ਰੀਤ ਕੌਰ ਬਰਾੜ ਜੀ। ਹਾਂ, ਮਨਪ੍ਰੀਤ ਕੌਰ ਢਿੱਲੋਂ ਬਰਾੜ। ਹਾਂਜੀ, ਤੁਸੀਂ? ਮੇਰਾ ਨਾਮ ਪ੍ਰੀਤਮਾ।
ਆ ਦੇਖੋ ਬਹੁਤ ਅੱਛੇ ਬਹੁਤ ਅੱਛਾ ਸਾਨੂੰ ਲੱਗਿਆ ਸਕੂਲ ਹਾਂ ਬਹੁਤ ਅੱਛਾ ਬਹੁਤ ਬੱਚਿਆਂ ਲਈ ਖਾਣਾ ਵੀ ਤਿਆਰ ਹੁੰਦਾ ਇਹ ਖਾਣੇ ਦਾ ਸਾਰਾ ਇੰਤਜ਼ਾਮ ਬੜਾ ਸੋਹਣਾ ਸੰਭਾਲ ਕੇ ਰੱਖਿਆ ਹੋਇਆ ਬਾਬਾ ਜੀ ਤੁਹਾਨੂੰ ਕਿਵੇਂ ਲੱਗਿਆ ਸਕੂਲ ਮੈਨੂੰ ਤਾਂ ਸੱਚਮੁੱਚ ਪੁੱਛੋ ਤਾਂ ਦੁਨੀਆਦਾਰੀ ਤੋਂ ਨਿਕਲ ਕੇ ਇੱਕ ਜਿਹਨੂੰ ਕਹਿੰਦੇ ਹੁੰਦੇ ਆ ਵੀ ਸ਼ਾਂਤੀ ਆਨੰਦ 'ਚ ਆ ਗਏ ਵੀ ਬੱਚੇ ਜਿਨ੍ਹਾਂ ਦੇ ਅੰਦਰ ਜੋ ਹੈ ਉਹੀ ਬਾਹਰ ਹੈ ਮਖੌਟੇ ਨਹੀਂ ਪਾਏ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਬੱਚੇ ਮਨ ਕੇ ਸੱਚੇ ਨਿੱਕੇ ਨਿੱਕੇ ਪਿਆਰੇ ਪਿਆਰੇ ਬੱਚੇ ਵੇਖ ਕੇ ਮਤਲਬ ਮੈਨੂੰ ਲੱਗਦਾ ਵੀ ਸਾਨੂੰ ਤਾਂ ਇਹੋ ਜਿਹੇ ਸਕੂਲ ਮਿਲਿਆ ਹੀ ਨਹੀਂ ਸਾਨੂੰ ਜੇ ਮਿਲਿਆ ਹੋਵੇ ਤਾਂ ਯਾਦ ਨਹੀਂ ਹੁਣ ਬਚਪਨ ਯਾਦ ਆ ਗਿਆ ਮਤਲਬ ਇੰਨਾ ਚੰਗਾ ਲੱਗਿਆ ਇੰਨੀ ਰੂਹ ਨੂੰ ਸਕੂਨ ਮਿਲਿਆ ਅਤੇ ਬੜਾ ਹੀ ਚੰਗਾ ਲੱਗਿਆ ਅਤੇ ਜੀ ਕਰਦਾ ਵੀ ਇਸ ਤਰ੍ਹਾਂ ਦਾ ਮਾਹੌਲ ਐਂ ਰੋਜ਼ ਹੋਵੇ ਪਰ ਚਲੋ ਰੁਝੇਵਿਆਂ ਕਰਕੇ ਨਹੀਂ ਨਿਕਲਿਆ ਜਾਂਦਾ ਤੁਹਾਡੇ ਕਰਕੇ ਸਾਰਿਆਂ ਕਰਕੇ ਤੁਹਾਡੇ ਨਾਲ ਆਉਣ ਦਾ ਮੌਕਾ ਮਿਲਿਆ ਜਿਹੜਾ ਮੈਨੂੰ ਬੜਾ ਚੰਗਾ ਲੱਗਿਆ ਅਤੇ ਇੱਕ ਯਾਦਗਾਰੀ ਗੱਲ ਬਣ ਗਈ ਬਹੁਤ ਅੱਛਾ ਬਹੁਤ